सेंट सोल द टाइम देखने वाले सारे दर्शकों नू मेरे वालों प्यार भरी सत श्रीकाल। मैं हाँ थोड़ी अपनी एंकर कोमल शर्मा ते अज मैं थोड़े रूबरू खास स्टोरी लैके आई हाँ जी। स्टोरी है जी बैडमिंटन की। बैडमिंटन बनते किवें ने, की उन्होंने मटीरियल लगता है, इस दे बारे गलबात करांगे। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਰਵੀਪਾਲ ਜੀ। ਜੀ ਕਿੰਨੇ ਸਮੇਂ ਤੋਂ ਤੁਸੀਂ ਇਹ ਬੈਡਮਿੰਟਨ ਔਰ ਇਹ ਪਾਪੜਾਂ ਵਾਲੇ? ਸਾਡਾ ਜੀ ਬਚਪਨ ਦਾ ਕੰਮ ਹੈ ਜੀ। ਜੀ ਅਸੀਂ ਸਾਨੂੰ ਪਹਿਲਾਂ ਸਾਡੇ ਪਿਤਾ ਜੀ ਕਰਦੇ ਸੀ, ਉਹਨਾਂ ਨੂੰ 40-45 ਸਾਲ ਹੋ ਗਏ ਆ। ਜੀ 30 ਸਾਲ ਸਾਨੂੰ ਵੀ ਹੋ ਗਏ ਇਸ ਕੰਮ ਕਰਦੇ ਨੂੰ ਜੀ। ਇਹ ਪਾਪੜਾਂ ਵਾਸਤੇ ਡਮਰੂ, ਜਿਹੜੇ ਪਾਪੜ ਨਹੀਂ ਵੇਚਦੇ ਜੀ, ਤੇ ਉਹਨਾਂ ਵਾਸਤੇ ਜਮਰੂ ਤਿਆਰ ਕਰ ਰਹੇ ਹਾਂ। ਮਤਲਬ ਇਹਨਾਂ ਨੂੰ ਡਮਰੂ ਕਹਿੰਦੇ ਨੇ? ਹਾਂਜੀ ਇਹਨਾਂ ਨੂੰ ਡਮਰੂ ਕਹਿੰਦੇ। ਇਹ ਬਾਜ਼ਾਰੋਂ ਇੱਦਾਂ ਹੀ ਫਰੇਮ ਸਾਨੂੰ ਮਿਲ ਜਾਂਦੇ ਆ, ਤਿਆਰ ਰੈਡੀਮੇਡ। ਜੀ ਤੇ ਇਹਨਾਂ ਵਿੱਚ ਚਮੜਾ ਲਾ ਕੇ ਤਾਂ ਅਸੀਂ ਫਿਰ ਸੇਲ ਕਰ ਦਈਦੇ ਇਹਨਾਂ ਨੂੰ, ਸੇਲ ਕਰ ਦਈਦੀ ਹੈ। ਇੱਥੋਂ ਵੀ ਲੈ ਜਾਂਦੇ ਸਾਡੇ ਕੋਲੋਂ, ਦੁਕਾਨਾਂ ਵੀ ਸਾਡੇ ਕੋਲ ਹੈਗੀਆਂ, ਉਹਨਾਂ ਦੀ ਉੱਥੇ ਵੀ ਪਹੁੰਚਾ ਦਈਦਾ। ਅਸੀਂ ਆਪਣੀ ਜੋ ਮਿਹਨਤ ਆਪਣੀ ਅਸੀਂ ਮਿਹਨਤ ਲੈ ਲਈਦੀ ਹੈ। ਠੀਕ ਹੈ ਜੀ। ਇਹ ਇਹ ਚਮੜਾ ਜਿਹੜਾ ਹੈਗਾ ਉਹ ਤੁਸੀਂ ਕਿੱਥੋਂ ਲੈ ਕੇ ਆਉਂਦੇ? ਇਹ ਤਾਂ ਬਾਜ਼ਾਰ 'ਚ ਮਿਲ ਜਾਂਦਾ ਜੀ, ਇਹ ਤਾਂ ਮੰਡੀ 'ਚੋਂ ਮਿਲ ਜਾਂਦਾ। ਜੀ ਜਿੰਨੀ ਲੋੜ ਹੋਵੇ ਉਨਾ ਖਰੀਦ ਲਈਦਾ, ਖਰੀਦ ਕੇ ਰੋਜ਼ ਦੀ ਰੋਜ਼ ਲਾ ਦਈਦਾ ਜੀ। ਪੈਸੇ ਸਾਨੂੰ ਮਿਲ ਜਾਂਦੇ ਨਾਲ ਹੀ ਨਾਲ, ਜਿੰਨੀ ਲੇਬਰ ਹੁੰਦੀ ਸਾਡੀ, ਜੋ ਸਾਡੀ ਮਿਹਨਤ ਹੁੰਦੀ ਸਾਨੂੰ ਦੇ ਦਿੰਦੇ ਆ ਜੀ ਉਹ। ਇਹ ਡਮਰੂ ਆ ਜੀ, ਇੱਕ ਸਾਈਡ ਲੱਗੀ ਆ, ਇੱਕ ਸਾਈਡ ਇਹਦੀ ਲੱਗਣੀ ਆ। ਉਹ ਚਿੜੀ ਛਿੱਕੇ ਆ ਜਿਹਨਾਂ ਨਾਲ ਖੇਲੀ ਲਾਇਆ, ਤੇ ਉਹ ਹਲੇ ਤਿਆਰ ਹੋਣੇ ਆ। ਉਹਦੇ ਵਿੱਚ ਹਲੇ ਤਾਰ ਤੂਰ ਪੈਣੀ ਆ, ਉਹ ਦੁਕਾਨਦਾਰਾਂ ਨੇ ਪਾਉਣੀ ਆ ਹਲੇ। ਸਾਡਾ ਕੰਮ ਉਨਾ ਹੁੰਦਾ ਵੀ ਅਸੀਂ ਜਿੰਨਾ ਕਾਨੂੰਨੀ ਕੰਮ ਗਿਆ ਕਰਕੇ ਕੰਪਲੀਟ ਦੇ ਦੇਣਾ ਨੀ, ਬਾਕੀ ਨੀ ਆਪ ਕਰਨਾ ਜੀ। ਇੱਕ ਸਾਈਡ ਦੂਜੀ ਮੈਂ ਲਗਾਉਣੇ ਜਾ ਰਹੇ ਹਾਂ ਜੀ। ਮਤਲਬ ਤੁਸੀਂ ਇਹ ਸਿਕੰਜੇ ਤਿਆਰ ਕਰਕੇ ਮਾਰਕੀਟ 'ਚ ਭੇਜ ਦੇਣੇ ਨੇ, ਬਾਕੀ ਉਹਨਾਂ ਨੇ ਜਿਹੜੀ ਤੰਦੀ ਵਗੈਰਾ ਪਰਾਉਣੀ ਆ ਉਹ ਆਪ ਉਹਨਾਂ ਨੇ ਪਰਾਉਣੀ ਆ। ਹਾਂਜੀ ਹਾਂਜੀ ਜੀ ਹਾਂਜੀ। ਦੂਜੀ ਸਾਈਡ ਨੂੰ ਲੱਗ ਰਹੀ ਹੈ ਚਮੜਾ ਚਾੜਨਾ, ਇੱਥੇ ਤੱਕ ਬਾਕੀ ਉਹਨਾਂ ਦਾ ਕੰਮ ਆ ਜੀ। ਬਾਕੀ ਉਹਨੇ ਇੱਦਾਂ ਤਿਆਰ ਕੀਤੀ ਦੇ ਨਹੀਂ, ਇੱਦਾਂ ਦੀ ਕਰ ਲਈ ਆਹ ਤਿਆਰ ਕਰਕੇ ਦੇਣੀ ਉਹਨੇ ਜੀ। ਇਹਦੇ ਉੱਤੇ ਆਹ ਚਮੜਾ ਚਾੜਨਾ, ਚਮੜਾ ਚਾੜ ਕੇ ਉਹਨਾਂ ਵਾਪਸ ਕਰ ਦੇਣੀ। ਬਾਕੀ ਇਹਦੇ ਕਿਹੜਾ ਵਿੱਚ ਇਹਦੇ ਤਾਰਾਂ ਪਾਉਣੀਆਂ ਉਹ ਨਹੀਂ ਪਾਉਣੀਆਂ, ਇੱਥੇ ਗ੍ਰਿਪ ਲਾਉਣੀ ਉਹ ਨਹੀਂ ਲਾਉਣੀ ਜੀ, ਬਸ ਉਹ ਬਾਕੀ ਉਹਨਾਂ ਦਾ ਕੰਮ। ਤੇ ਕਿੰਨਾ ਵੈਸੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ? ਸਾਨੂੰ ਵੀ ਹੋਏ ਗਏ 40-45 ਸਾਲ ਜੀ, ਜਦੋਂ ਛੋਟੇ ਹੁੰਦੇ ਇਸ ਕੰਮ 'ਚ। ਤੇ ਜਿੱਦਾਂ ਤੁਸੀਂ ਇਹ ਚਮੜੇ ਨਾਲ ਕੰਮ ਕਰਦੇ ਪਏ ਹੋ, ਕੋਈ ਇਨਫੈਕਸ਼ਨ ਨਹੀਂ ਹੁੰਦੀ ਇਹਦੇ ਨਾਲ? ਇਹਦੇ ਨਾਲ ਕੋਈ ਨਹੀਂ ਹੁੰਦੀ ਜੀ ਜੀ, ਕਿਉਂ ਤਾਇਆ ਚਮੜਾ ਹੁੰਦਾ ਨਾ, ਇਹਦੇ ਕਰਕੇ ਨਹੀਂ ਹੁੰਦੀ। ਜੇ ਉੱਦਾਂ ਹੋਵੇ ਨਾ ਕੋਈ ਬੇਆਬੂ ਆ ਜਾਂ ਕੋਈ ਉੱਦਾਂ ਦਾ, ਉਹ ਬੋ ਮਾਰਦਾ ਆ ਜੀ। ਜੇ ਤਾਇਆ ਲਈ ਉਹਦੇ ਵਿੱਚ ਬੋ ਨਹੀਂ ਹੁੰਦੀ ਜੀ, ਇਹੋ ਹੀ ਉਸ ਕੰਮ ਜੀ। ਓਕੇ ਵੀਰ ਜੀ, ਤੁਹਾਡੇ ਨਾਲ ਗੱਲ ਕਰਦੇ ਹਾਂ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ ਦਾ ਤੁਸੀਂ ਕਿੰਨਾ ਕੇ ਜਿਹੜਾ ਸਮਾਨ ਹੈ ਤਿਆਰ ਕਰ ਲੈਂਦੇ ਹੋ? ਇਹ ਤਾਂ ਜੀ ਮਾਲ ਆਉਣ ਦੇ ਡਿਪੈਕਟ ਆ ਜੀ, ਜਿੰਨਾ ਕੁ ਮਾਲ ਹੋਵੇ, ਜਿੰਨੇ ਕੁ ਕਾਰੀਗਰ ਲੱਗੇ ਆ ਉਸ ਹਿਸਾਬ ਨਾਲ ਉਸ ਤੋਂ ਨਿਕਲ ਜਾਂਦੀ ਆ। ਇੱਕ ਕਾਰੀਗਰ ਲੱਗਾ ਤੇ ਉਸ ਹਿਸਾਬ ਨਾਲ ਕੰਮ ਹੋਣਾ, ਦੋ ਕਾਰੀਗਰ ਲੱਗੇ ਉਸ ਹਿਸਾਬ ਨਾਲ ਉਸ ਤੋਂ ਨਹੀਂ, ਚਾਰ ਲੱਗੇ ਉਸ ਹਿਸਾਬ ਨਾਲ ਉਸ ਤੋਂ। ਸਿਰਫ ਜੇ ਆਪਾਂ ਮੰਨ ਕੇ ਚੱਲੀਏ ਸਾਡੇ ਪੱਲੇ ਦਿਹਾੜੀ ਪੈਣੀ ਆ, ਓਕੇ ਠੀਕ ਹੈ, ਜਿੰਨਾ ਕੁ ਕੰਮ ਕਰਾਂਗੇ ਉਨੀ ਕੁ ਸਾਨੂੰ ਦਿਹਾੜੀ ਮਿਲ ਜਾਣੀ ਆ। ਜਿੰਨਾ ਕਰੋਗੇ ਉਨਾ ਕਮਾਓਗੇ? ਉਨਾ ਕੁ ਕਮਾਓਗੇ, ਜੇ ਜ਼ਿਆਦਾ ਕਰਾਂਗੇ ਜ਼ਿਆਦਾ ਕਮਾ ਲਵਾਂਗੇ, ਜੇ ਥੋੜ੍ਹਾ ਕਰਾਂਗੇ ਥੋੜ੍ਹਾ ਕਮਾ। ਜੇ ਇੱਕ ਕਾਰੀਗਰ ਲੱਗਾ ਥੋੜ੍ਹੀ ਕਮਾਈ ਹੋਏਗੀ, ਕੱਲ੍ਹ ਦੋ ਲੱਗੇਗਾ ਤੇ ਜ਼ਿਆਦਾ ਕਮਾਈ ਹੋ ਜਾਏਗੀ। ਠੀਕ ਹੈ ਜੀ, ਇਹੀ ਚੱਕਰ ਹੈ ਜੀ ਸਾਡਾ। ਇਹਦਾ ਕੀ ਹਿਸਾਬ ਹੁੰਦਾ ਦਰਜਨਾਂ ਦੇ ਹਿਸਾਬ ਨਾਲ? ਉਹ ਦਰਜਨ ਦਾ ਹਿਸਾਬ ਹੈ ਜੀ ਉਹਦਾ ਜੀ, ਉਹਦੇ ਸਾਨੂੰ 90 ਰੁਪਏ ਦਰਜਨ ਦੇ ਮਿਲਦੇ ਆ ਜੀ। ਠੀਕ ਹੈ, ਇਹਦੇ ਸਾਨੂੰ ਮਿਲਦੇ ਆ ਪਰ ਪੀਸ 30 ਰੁਪਏ ਦੇ। ਓਕੇ, ਸਿਰਫ ਚਮੜਾ ਲਗਾਉਣਾ ਆ, 30 ਰੁਪਏ ਦਾ ਸਾਡਾ ਫਰੇਮ ਆਉਂਦਾ ਆ, ਅਤੇ 30 ਰੁਪਏ ਆਪਣੀ ਮਿਹਨਤ ਲਾ ਲਓ ਤੁਸੀਂ ਜੀ, 60-70 ਰੁਪਏ ਦਾ ਸਾਡਾ ਬਾਜ਼ਾਰ ਦੇ ਵਿੱਚ ਚੱਲ ਜਾਂਦਾ ਜੀ। ਕਿੰਨੇ ਸਮੇਂ ਤੋਂ ਤੁਸੀਂ ਇਸ ਜਗ੍ਹਾ 'ਤੇ ਕੰਮ ਕਰਦੇ ਪਏ ਹੋ? ਜੀ ਇਸ ਸਮੇਂ ਤਾਂ ਸਾਨੂੰ ਕੰਮ ਕਰਦੇ ਨੂੰ 10 ਸਾਲ ਹੋ ਗਏ ਆ। ਵੈਸੇ ਉੱਧਰ ਅਸੀਂ ਪਹਿਲਾਂ ਉੱਧਰ ਘਰ ਕਰਦੇ, ਇੱਧਰ ਮੈਂ ਕਿਰਾਏ 'ਤੇ ਆ, ਰੈਂਟ 'ਤੇ ਆ ਜੀ, ਅਤੇ ਉੱਦਾਂ ਬਚਪਨ ਦਾ ਕੰਮ ਸਾਡਾ ਇਹੀ ਆ। ਸਾਡੇ ਫਾਦਰ ਸਾਹਿਬ ਵੀ ਇਹੀ ਕੰਮ ਕਰਦੇ ਸੀ, ਅਸੀਂ ਵੀ ਇਹੀ ਕੰਮ ਕਰਦੇ ਹਾਂ ਜੀ। ਠੀਕ ਹੈ ਜੀ, ਅਤੇ ਹੋਰ ਕਿਹੜੀ ਕਿਹੜੀ ਚੀਜ਼ਾਂ ਇਹਦੇ ਵਿੱਚ ਯੂਜ਼ ਹੁੰਦੀਆਂ ਚਮੜੇ ਤੋਂ ਇਲਾਵਾ? ਚਮੜੇ ਤੋਂ ਇਲਾਵਾ ਜਿੱਦਾਂ ਕ੍ਰਿਕਟ ਬੈਟ ਆ ਗਿਆ, ਉੱਤੇ ਵੀ ਚਮੜਾ ਚੜ੍ਹਦਾ ਜੀ। ਇੱਕ ਹਾਕੀ ਆ ਗਈ, ਉੱਤੇ ਵੀ ਚੜ੍ਹਦਾ ਆ ਜੀ। ਅਤੇ ਬਸ ਇਹੀ 4-5 ਆਈਟਮਾਂ ਜਿਹੜੀਆਂ ਮੇਨ ਇਹੀ ਹੈ ਜੀ। ਓਕੇ ਹਾਂਜੀ। ਅਤੇ ਜੇ ਗੱਲ ਕਰਦੇ ਹਾਂ, ਤੁਸੀਂ ਦੋਨੋਂ ਪਰਸਨ ਇਸ ਟਾਈਮ ਕੰਮ ਕਰਦੇ ਪਏ ਹੋ, ਅਤੇ ਤੁਸੀਂ ਆਪਣਾ ਕਮਾਉਣਾ ਆਪਣਾ ਕਮਾਉਣਾ, ਤੁਹਾਨੂੰ ਕੋਈ ਤਨਖਾਹ ਵਗੈਰਾ ਦਾ ਕੋਈ ਸਿਸਟਮ ਨਹੀਂ ਹੈ? ਨਹੀਂ ਜੀ, ਨਹੀਂ ਤਨਖਾਹ ਦਾ ਕੋਈ ਸਿਸਟਮ ਨਹੀਂ ਜੀ। ਜੀ ਮੈਂ ਮਾਲਕ ਹਾਂ, ਉਹ ਆਪਣਾ ਵਰਕਰ ਆ ਜੀ। ਜੀ ਠੀਕ ਹੈ, ਉਹ ਵਰਕਰ ਲੱਗਾ ਜੀ, ਅਤੇ ਅਸੀਂ ਆਪਣੇ ਮਾਲਕ ਹਾਂ ਜੀ। ਜੀ ਅਤੇ ਇਹ ਚਮੜੇ ਤੋਂ ਗੱਲ ਕਰਦੇ ਆ, ਜਿੱਦਾਂ ਮੈਂ ਪਹਿਲੇ ਵੀ ਕਿਹਾ ਕਿ ਕੋਈ ਇਹ ਤੋਂ ਇਨਫੈਕਸ਼ਨ ਨਹੀਂ ਹੈ ਕਿੱਦਾਂ, ਕਿਉਂਕਿ ਸਮੈਲ ਤਾਂ ਬਹੁਤ ਜ਼ਿਆਦਾ ਆ ਰਹੀ ਹੈ, ਕਿੱਦਾਂ ਤੁਸੀਂ ਸਾਰੀ ਦਿਹਾੜੀ ਇਸ ਸਮੈਲ 'ਚ ਰਹਿ ਲੈਂਦੇ ਹੋ? ਮਜਬੂਰੀ ਹੈ ਜੀ, ਕਰਨਾ ਪੈਣਾ, ਰੋਟੀ ਤਾਂ ਖਾਣੀ ਆ।
ਹੋਰ ਕੋਈ ਕੰਮ ਸਿੱਖੇ ਨੇਗੇ ਪੜ੍ਹੇ ਵੀ ਲਿਖੇ ਵੀ ਹੁੰਦੇ ਹੈ ਨਹੀਂ ਜਿੱਦੀ ਕੰਮ ਆ ਬਾਪੇ ਨੇ ਨਹੀਂ ਪੜ੍ਹਾਇਆ ਮਜ਼ਬੂਰੀ ਆਉਣੀ ਸੀ ਕਰਨਾ ਪੈਣਾ ਦਿਹਾੜੀ ਤਾਂ ਕਰ ਨਹੀਂ ਸਕਦੇ ਸਾਵੇਂ ਇੱਥੇ ਬੈਠੇ ਹਾਂ ਚਲੋ ਪਤਾ 400 ਰੁਪਇਆ ਕਮਾ ਲਿਆ ਪੱਖੇ ਥੱਲੇ ਬੈਠੇ ਹਾਂ ਆਰਾਮ ਨਾਲ ਬੈਠੇ ਹਾਂ ਸ਼ਾਮੇ ਬੈਠੇ ਹਾਂ ਦਿਹਾੜੀ ਕਰਾਂਗੇ 550 ਰੁਪਏ ਮਿਲ ਵੀ ਜਾਏਗੀ ਧੁੱਪੇ ਮਰਾਂਗੇ ਇੱਟਾਂ ਢੋਵਾਂਗੇ ਸਾਡੇ ਕੋਲ ਕੰਮ ਨਹੀਂ ਕਰ ਸਕਦੇ ਇੱਥੇ ਅਸੀਂ 300 ਵੀ ਕਮਾ ਲਵਾਂਗੇ ਅਸੀਂ ਆਰਾਮ ਨਾਲ ਬੈਠੇ ਹਾਂ ਠੀਕ ਹੈ ਨਾ ਅਸੀਂ ਬਾਹਰ 600 ਰੁਪਇਆ ਨਹੀਂ ਕਮਾ ਸਕਦੇ ਇੱਥੇ ਹੀ ਕਮਾ ਸਕਦੇ ਹਾਂ ਚਾਹੇ 200 ਕਮਾ ਲਈਏ 500 ਕਮਾ ਲਈਏ ਇੱਥੇ ਹੀ ਕਮਾ ਸਕਦੇ ਜੀ ਬਾਹਰ ਨਹੀਂ ਕੰਮ ਕਰ ਸਕਦੇ ਤੇ ਜਿੱਦਾਂ ਅਸੀਂ ਚਮੜੇ ਦੀ ਗੱਲ ਕਰਦੇ ਆ ਸਰ ਦੱਸਦੇ ਸੀ ਤਾਜ਼ਾ ਹੈ ਤੇ ਤਾਜ਼ੇ ਤੋਂ ਘੱਟ ਸਮੈਲ ਆਉਂਦੀ ਹੈ ਜਿਹੜਾ ਦੂਜਾ ਉਹ ਤੋਂ ਜ਼ਿਆਦਾ ਸਮੈਲ ਆਉਂਦੀ ਹਾਂਜੀ ਉਹ ਇਦਾਂ ਹੁੰਦਾ ਵੀ ਜਿੱਦਾਂ ਖਲ ਲਾਈ ਆ ਉਹਦੇ ਸੈਟ ਕਰ ਦਿੰਦੇ ਉਹਨੂੰ ਨਮਕ ਨਹੀਂ ਲਾਉਂਦੇ ਇੱਕ ਦੋ ਦਿਨ ਉਹ ਗਲ ਜਾਂਦਾ ਉਹਨੂੰ ਵੀ ਕੀੜੇ ਪੈ ਜਾਂਦੇ ਆ ਉਹ ਵੀ ਜੇ ਅਸੀਂ ਲਿਆਈ ਉਹ ਸਮੈਲ ਵੀ ਆਉਂਦੀ ਆ ਸਾਡੇ ਹੱਥ ਪੈਰ ਵੀ ਬਾਜੇ ਵੇਲੇ ਖਰਾਬ ਹੋ ਜਾਂਦੇ ਆ ਉਹ ਵੀ ਅੱਗੇ ਹੁੰਦਾ ਵੀ ਜ਼ਿਆਦਾ ਹੁੰਦੇ ਹੁਣ ਅਸੀਂ ਉਹ ਜੇ ਜ਼ਿਆਦਾ ਮਾੜਾ ਚਮੜਾ ਵੀ ਅਸੀਂ ਉਹਨੂੰ ਇਸਤੇਮਾਲ ਹੀ ਨਹੀਂ ਕਰੀਦਾ ਫਿਰ ਫਾਇਦਾ ਨਹੀਂ ਉਹਦਾ ਕੋਈ ਵੀ ਨਾ ਅਸੀਂ ਵੀ ਸੈਟ ਹੀ ਦੇਈਦਾ ਜੀ ਉਹਨੂੰ ਜੀ ਤੇ ਤੁਹਾਨੂੰ ਇਹ ਆਰਡਰ ਵੀ ਬੁੱਕ ਹੁੰਦੇ ਨੇ ਹਾਂਜੀ ਆਰਡਰ ਵੀ ਬੁੱਕ ਹੋ ਜਾਂਦੇ ਜੀ ਕਿੰਨੇ ਹੋ ਜਾਂਦੇ ਉਹ ਜਿੰਨਾ ਆਰਡਰ ਆ ਜਾਵੇ ਉਹਨਾਂ ਵੀ ਭੁਗਤਾ ਦਈਦਾ ਉਹਨਾਂ ਨੂੰ ਸਾਨੂੰ ਮਹੀਨੇ ਦਾ 1000 ਰੁਪਏ ਚਾਹੀਦਾ 1500 ਚਾਹੀਦਾ ਉਹ ਫਿਰ ਤਿਆਰ ਕਰਕੇ ਉਹਨਾਂ ਨੂੰ ਦੇ ਦਈਦਾ ਜੀ ਹਾਂਜੀ ਤੇ ਆ ਜਾ ਫਿਰ ਸਮਾਨ ਬਚ ਜਾਂਦਾ ਤੇ ਇਹਦਾ ਕੀ ਕਰਦੇ ਇਹ ਵੇਸਟਿੰਗ ਹੈ ਜੀ ਸੈਟ ਦੀ ਜੀ ਸੈਟ ਦੀ ਹਾਂਜੀ ਸੈਟ ਦੀ ਜੀ ਕਾਰਪੋਰੇਸ਼ਨ ਵਾਲੇ ਇੱਥੇ ਲੈ ਲੂ ਜਾਂਦੇ ਜਾਂ ਆਪ ਸੈਟ ਜੁਟ ਦੀਦੀ ਹੈ ਜੀ ਉਹਦਾ ਵੈਸੇ ਪਹਿਲਾਂ ਕੰਮ ਆ ਜਾਂਦੀ ਸੀ ਇਹਦੀ ਸਰੀਸ ਬਣਦੀ ਸੀ ਤੇ ਹੁਣ ਉਹ ਫੈਕਟਰੀ ਬੂਟੀਆਂ ਬੰਦ ਹੋ ਗਈਆਂ ਤੇ ਹੁਣ ਇਹ ਸਿੱਟਣੀ ਪੈਂਦੀ ਸਾਨੂੰ ਜੀ ਓਕੇ ਓਕੇ ਮਤਲਬ ਪਹਿਲਾਂ ਇਹ ਚੀਜ਼ ਕੰਮ ਆਉਂਦੀ ਸੀ ਸਲੂਸ਼ਨ ਬਣਦੀ ਸੀ ਬਟ ਹੁਣ ਇਹ ਕਿਸੇ ਕੰਮ ਵੀ ਨਹੀਂ ਆਉਂਦੀ ਸੋ ਕਹਿਣ ਦਾ ਭਾਵ ਇਹ ਹੈ ਕਿ ਮਿਹਨਤ ਕਰੋਗੇ ਤੇ ਮਿਹਨਤ ਰੰਗ ਜ਼ਰੂਰ ਲੈ ਕੇ ਆਏਗੀ ਤੋ ਮਿਹਨਤ ਕਰਨੀ ਚਾਹੀਦੀ ਹੈ ਸੋ ਅਸਲੀ ਮਿਹਨਤ ਇਹ ਹੈ ਦੇਖੋ ਇੰਨੀ ਕੁ ਜ਼ਿਆਦਾ ਸਮੈਲ ਆ ਰਹੀ ਹੈ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਮੈਂ ਮਤਲਬ ਬਿਆਨ ਨਹੀਂ ਕਰ ਸਕਦੀ ਪਤਾ ਨਹੀਂ ਕਿੱਦਾਂ ਸਾਰੀ ਦਿਹਾੜੀ ਇਹ ਕੰਮ ਕਰਦੇ ਨੇ ਔਰ ਸਾਰਾ ਦਿਨ ਇਸ ਸਮੈਲ ਦੇ ਵਿੱਚ ਰਹਿੰਦੇ ਨੇ ਪਰ ਕਹਿੰਦੇ ਨੇ ਪੇਟ ਲਈ ਕੁਛ ਨਾ ਕੁਛ ਤੇ ਕਰਨਾ ਪਏਗਾ ਤਾਂ ਹੀ ਅਸੀਂ ਆਪਣਾ ਘਰ ਆਪਣਾ ਪਰਿਵਾਰ ਆਪਣਾ ਰੋਜ਼ਗਾਰ ਚਲਾ ਸਕਾਂਗੇ ਸੋ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਪੜ੍ਹੇ ਵੀ ਨਹੀਂ ਜੇ ਪੜ੍ਹੇ ਹੁੰਦੇ ਸ਼ਾਇਦ ਕੋਈ ਹੋਰ ਕੰਮ ਵੀ ਕਰ ਲੈਂਦੇ ਤੇ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਪੜ੍ਹਿਆ ਜ਼ਰੂਰ ਕਰੋ ਪੜ੍ਹਾਈ ਜ਼ਰੂਰੀ ਹੈ ਜੀ ਇਸ ਸਮੇਂ ਦੇ ਵਿੱਚ ਪੜ੍ਹਾਈ ਜ਼ਰੂਰੀ ਹੈ ਜੀ ਪੜ੍ਹਾਈ ਵੀ ਜ਼ਰੂਰੀ ਹੈ ਤਰੱਕੀ ਵੀ ਜ਼ਰੂਰੀ ਹੈ ਫਿਰ ਪੜ੍ਹਾਈ ਜੇ ਕਰਾਂਗੇ ਫਿਰ ਨੌਕਰੀ ਵੀ ਜ਼ਰੂਰੀ ਹੈ ਸਰਕਾਰ ਨੂੰ ਨੌਕਰੀ ਵੀ ਦੇਣੀ ਚਾਹੀਦੀ ਹੈ ਕਈ ਪੜ੍ਹੇ ਲਿਖੇ ਵੀ ਦਿਹਾੜੀਆਂ ਕਰ ਰਹੇ ਹਾਂ ਅਸੀਂ ਪੜ੍ਹੇ ਲਿਖੇ ਵੀ ਨਹੀਂ ਆਪਣਾ ਕਾਰੋਬਾਰ ਕਰ ਰਹੇ ਹਾਂ ਬਿਲਕੁਲ ਤੇ ਉਹਨਾਂ ਨਾਲ ਅਸੀਂ ਬੈਠ ਰਹੇ ਹਾਂ ਸੱਚੀ ਗੱਲ ਉਹ 10 ਪੜੇ ਰਕਸ਼ਾ ਚਲਾ ਰਹੇ ਆ ਅਸੀਂ 5 ਪੜੇ ਅਸੀਂ ਆਪਣਾ ਬਿਜ਼ਨਸ ਕਰ ਰਹੇ ਆ ਚਾਹੇ 200 ਰੁਪਏ ਦਿਹਾੜੀ ਕਮਾ ਰਹੇ ਉਹਨਾਂ ਨਾਲ ਤਾਂ ਅਸੀਂ ਬਿਟ ਰਹੇ ਸਾਨੂੰ ਸਰਕਾਰ ਦੀ ਕੀ ਲੋੜ ਹੈ ਤੇ ਸਾਨੂੰ ਸਰਕਾਰ ਨੇ ਨਹੀਂ ਨੌਕਰੀ ਦੇਣੀ ਸਹੀ ਠੀਕ ਹੈ ਨਾ ਸਾਨੂੰ ਉਹਨਾਂ ਨੌਕਰੀ ਜਿਹੜੇ 10 ਪੜੇ ਉਹਨਾਂ ਨੂੰ ਤਾਂ ਨੌਕਰੀ ਦਿਓ ਉਹਨਾਂ ਨੂੰ ਤਾਂ ਦਿਓ ਅਨਪੜ੍ਹ ਨੂੰ ਤਾਂ ਨਾ ਦਿਓ ਉਹਨੂੰ ਹੁਣ ਅਸੀਂ ਤਾਂ ਆਪਣਾ ਨੈਸ਼ਨਲ ਕੀਤਾ ਚਲੋ ਸਾਡਾ ਚੱਲਦਾ ਚਲੋ ਸਾਡੇ ਮਾਂ ਪਿਓ ਨੇ ਸਾਨੂੰ ਕਸਬ ਦਿੱਤਾ ਜੀ ਜੀ ਕਾਰੋਬਾਰ ਇੱਕ ਦੇ ਗਏ ਆ ਜੀ ਤੇ ਰੋਟੀ ਪਾਣੀ ਸਾਡਾ ਵਧੀਆ ਚੱਲਦਾ ਜੀ ਉਹਨਾਂ ਵਾਸਤੇ ਸੋਚਣਾ ਜਿਹੜੇ ਜਿਹੜੇ 10 ਪੜ੍ਹ ਗਏ ਜੀ ਰਕਸ਼ਾ ਚਲਾ ਰਹੇ ਆ ਜੀ ਠੀਕ ਹੈ ਜੀ ਜੀ ਇਹੀ ਕੁਛ ਕਹਿਣਾ ਚਾਹੁੰਦਾ ਜੀ ਸਰਕਾਰ ਨੂੰ ਅਸੀਂ ਜੇ ਕੋਈ ਬੱਚਾ ਪੜ੍ਹਦਾ ਲਿਖਦਾ ਉਹਨੂੰ ਨੌਕਰੀ ਜ਼ਰੂਰ ਦੇਣੀ ਚਾਹੀਦੀ ਹੈ ਜੀ ਜੇ ਕੋਈ ਹੈਲਪ ਮੰਗਦਾ ਉਹਨੂੰ ਹੈਲਪ ਜ਼ਰੂਰ ਦੇਣੀ ਚਾਹੀਦੀ ਹੈ ਜੀ ਬਾਕੀ ਤੇ ਸਰਕਾਰ ਜੀ ਇਹਨਾਂ ਮੁੱਦਿਆਂ ਦੇ ਨਹੀਂ ਖਰੀ ਉਤਰਦੀ ਪੜ੍ਹੇ ਲਿਖੇ ਲੋਕ ਨੌਜਵਾਨ ਆ ਜੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀ ਉਹ ਨਸ਼ੇ ਤੇ ਲੱਗਦੇ ਆ ਕੋਈ ਟੀਕੇ ਲਾ ਰਿਹਾ ਕੋਈ ਕੁਛ ਕਰ ਰਿਹਾ ਆ ਕੋਈ ਆਤਮ ਹੱਤਿਆ ਕਰ ਰਿਹਾ ਆ ਨੌਕਰੀਆਂ ਨਹੀਂ ਮਿਲ ਰਹੀਆਂ ਇਹਦੇ ਬਾਰੇ ਸਰਕਾਰ ਨੇ ਜ਼ਰੂਰ ਸੋਚਣਾ ਚਾਹੀਦਾ ਜੀ ਇਹ ਸਾਡਾ ਤਾਂ ਜੀ ਇਹੀ ਕਹਿਣਾ ਜੀ ਕਰਾਂਗੇ ਤੇ ਜੀ ਖਾਵਾਂਗੇ ਸਾਨੂੰ ਕਿਸੇ ਨੇ ਨਹੀਂ ਦੇਣਾ ਠੀਕ ਹੈ ਜੀ ਕਰਾਂਗੇ ਤੇ ਖਾਵਾਂਗੇ ਨਹੀਂ ਤੇ ਕੋਈ ਘਰ ਆ ਕੇ ਦੇਣ ਨਹੀਂ ਆਏਗਾ ਕਿਸੇ ਨੇ ਵੀ ਨਹੀਂ ਦੇਣਾ ਆਪ ਦਾ ਕੰਮ ਆਪ ਕਰਨਾ ਹੈ ਤੇ ਆਪ ਦੀ ਕਮਾਈ ਆਪ ਕਰਨੀ ਹੈ ਸੋ ਪੜ੍ਹੇ ਲਿਖੇ ਬਣੋ ਚੰਗੇ ਕੰਮਾਂ ਵਿੱਚ ਪਾਓ ਤੇ ਚੰਗਾ ਕੰਮ ਕਰੋ ਕੰਮ ਕੋਈ ਵੀ ਮਾੜਾ ਨਹੀਂ ਹੈ ਕੰਮ ਹਰ ਕੋਈ ਚੰਗਾ ਹੈ ਪਰ ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਸੋ ਕਹਿੰਦੇ ਨੇ ਵਿਹਲੇ ਨੂੰ ਬਹਾਨੇ ਬਹੁਤ ਨੇ ਤੇ ਕੰਮੇ ਨੂੰ ਕੰਮੇ ਬਹੁਤ ਨੇ ਤੇ ਇਹ ਜੋ ਸਟੋਰੀ ਤੁਹਾਡੇ ਰੂਬਰੂ ਲੈ ਕੇ ਆਏ ਜੀ ਬੈਡਮਿੰਟਨ ਔਰ ਪਾਪੜ ਵਾਲੇ ਡਮੂਰਾ ਦੀ ਬੜੀ ਮਿਹਨਤ ਨਾਲ ਬੰਦੇ ਨੇ ਮੁਸ਼ਕਤ ਨਾਲ ਬੰਦੇ ਨੇ ਬੜਾ ਸਮਾਂ ਲੱਗਦਾ ਤੇ ਇਹਦੇ ਵਿੱਚ ਬਾਰਗੇਨਿੰਗ ਨਾ ਕਰਿਆ ਕਰੋ ਐਨੇ ਨਹੀਂ ਕਰਨੇ ਐਨੇ ਕਰਨੇ ਐਨੇ ਨਹੀਂ ਕਰਨੇ ਐਨੇ ਕਰਨੇ ਆ ਸੋ ਸੇਂਟ ਸੋਲ ਦੇ ਟਾਈਮਸ ਹਮੇਸ਼ਾ ਤੁਹਾਡੇ ਰੂਬਰੂ ਖਾਸ ਸਟੋਰੀ ਲੈ ਕੇ ਆਉਂਦੇ ਆ ਕਿਵੇਂ ਦੀ ਲੱਗਦੀ ਤੁਹਾਨੂੰ ਸਟੋਰੀਆਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਬਣੇ ਰਹੋ ਸੇਂਟ ਸੋਲ ਦੇ ਟਾਈਮ ਵਿੱਚ ਫੇਸਬੁੱਕ ਯੂਟਿਊਬ ਤੇ ਕੈਮਰਾਮੈਨ ਵਿਨੋਦ ਦੇ ਨਾਲ ਕੋਮਲ